जिस भी मतलब कि ये मतलब मैंने मिलिया ना कुड़ी पूरा मतलब कि कुड़िया के रूप के मिलिया जनानी वाले ने सूट पाया ही नक् चो गोका पाया सी इतों तक कन्न भी ने सारे हाँ जी मतलब हत्थों के सारे मतलब कि चूड़िया पाइया छापा हाथ भरे से ये आया सी सीधा जंडियालों। मुलाकात किस तरह हुई सी? मुलाकात साड़ी करवाई इसके फ्रेंड ने जिदा नाम है सुरजीत। इहदा की नाम है अर्जुन कुमार। अर्जुन, हाँ अर्जुन दी ते किस तरीके नाल शुरुआत पहली पहल कितों हुई सी? पहल हुई मतलब कि अर्जुन नूं उहने मेरा नंबर दे दिता, अर्जुन ने मतलब कि मिस कॉल मारी फिर फोन किया, उस तों बाद साड़ी गल अगे वधी। मेरी जो घर आ सारा मतलब 2,37,000 विच गहने आ ते इस करके मैं जागरण दे विच काम करदा सी अपनी मजबूरी लई। बाद विच सुरजीत मुंडा सी उह हैगा पंडोरी तों ਉਹ ਕਿ ਇਹਦੇ ਨਾਲ ਕੰਮ ਪਹਿਲਾਂ ਕੋਈ ਮਤਲਬ ਕਿ 3-4 ਸਾਲ ਪਹਿਲਾਂ ਮਤਲਬ ਕਿ ਇਹਨਾਂ ਕਿਤੇ ਕੰਮ ਕਰਦਾ ਹੁੰਦਾ ਸੀ ਅਤੇ ਉਸ ਤੋਂ ਮਤਲਬ ਕਿ ਉਹ ਇਹਨੂੰ ਜਾਣਦਾ ਸੀ ਅਤੇ ਇਹ ਉਹਨੂੰ ਜਾਣਦਾ ਸੀ। ਮੈਂ ਮਤਲਬ ਕਿ ਸਿਰਫ ਸੁਰਜੀਤ ਨੂੰ ਹੀ ਜਾਣਦਾ ਸੀ, ਉਹਨੇ ਮੈਨੂੰ ਪ੍ਰੋਗਰਾਮ 'ਤੇ ਸੱਦਿਆ ਸੀ। ਫਿਰ ਬਾਅਦ ਸਰ ਇਹਨੇ ਪ੍ਰੋਗਰਾਮ ਵਿੱਚ ਮਤਲਬ ਕਿ ਇੱਕ ਤਾਂ ਪ੍ਰੋਗਰਾਮ ਨਾਲ ਲਾਇਆ, ਉਹਦੇ ਵਿੱਚ ਜੋ ਵੀ ਇਹਨੇ ਮੇਰੇ ਪਿੱਕ ਜੀ ਮਤਲਬ ਸਾਰੀ ਵਾਇਰਲ ਕੀਤੀਆਂ ਨੇ ਇਹਨੇ ਸੰਧੂਰ ਵਾਲੀਆਂ ਜਾਂ ਦੂਜੀਆਂ ਸੰਧੂਰ ਜੋ ਸਰ ਤੁਹਾਨੂੰ ਪਤਾ ਅਸੀਂ ਮੇਕਅਪ ਮਤਲਬ ਕਰਦੇ ਸੀ ਤਾਂ ਹਾਸੇ ਹੱਸ ਜਾਣੇ ਮੇਰੇ ਕੋਲ ਸੰਧੂਰ ਪਵਾ ਲਿਆ। ਮਤਲਬ ਦੋਸਤੀ ਦਾ ਮੈਟਰੀ ਕੋਈ ਨਹੀਂ ਹੈ, ਮਤਲਬ ਸਿੱਧੀ ਹੀ ਸਾਡੀ ਗੱਲ ਹੀ ਇਸ ਬੇਸ 'ਤੇ ਹੋਈ ਫਰੈਂਡਸ਼ਿਪ ਦੀ। ਫਰੈਂਡ ਸਰਕਲ 'ਤੇ ਵੀ ਆਪਾਂ ਇੱਕ ਦੂਜੇ ਨੂੰ ਫੋਟੋਆਂ ਪਾਈਆਂ, ਇੱਕ ਦੂਜੇ ਨੂੰ ਪਸੰਦ ਕਰ ਲਿਆ ਅਤੇ ਕਹਿੰਦਾ ਮਤਲਬ ਕਿ ਮੈਂ ਤਾਂ ਇੱਕ ਵਾਰੀ ਤੈਨੂੰ ਫੇਸ ਟੂ ਫੇਸ ਦੇਖਣਾ ਚਾਹੁੰਦਾ। ਫਿਰ ਮਤਲਬ ਕਿ 11ਵੇਂ ਮਹੀਨੇ ਦੀ 2 ਤਰੀਕ ਨੂੰ ਵਿਆਹ ਸੀ ਅਤੇ ਉੱਥੇ ਅਸੀਂ ਇਕੱਠੇ ਹੋਏ, ਇੱਕ ਦੂਜੇ ਨੂੰ ਦੇਖਿਆ ਅਤੇ ਉਸੇ ਨਾਈਟ ਨੂੰ ਇਹ ਮਤਲਬ ਕਿ ਮੇਰੇ ਘਰ ਆ ਗਿਆ, ਰੁਕ ਗਿਆ, ਕਹਿੰਦਾ ਵੀ ਮੈਂ ਲੇਟ ਹੋ ਗਿਆ ਵਾਂ, ਮੈਂ ਤੇਰੇ ਕੋਲ ਰੁਕਣਾ। ਫਿਰ ਮੈਨੂੰ ਲਿਆਈ ਜਾ ਕੇ ਗੱਡੀ ਕਰਵਾਈ ਅਤੇ ਮਤਲਬ ਮੇਰੇ ਘਰ ਰੁਕ ਗਿਆ। ਉਹ ਤੋਂ ਅੱਗੇ ਫਿਰ ਮਤਲਬ ਕਿ ਉਹ ਤੋਂ ਬਾਅਦ ਸਾਡਾ ਰਿਸ਼ਤਾ ਅੱਗੇ ਵਧਿਆ, ਫਿਜੀਕਲ ਰਿਲੇਸ਼ਨ ਹਾਂਜੀ ਰਿਲੇਸ਼ਨਸ਼ਿਪ ਅੱਗੇ ਵਧ ਗਿਆ। ਉਹ ਇਹਨੂੰ ਜਾਣਦਾ ਸੀ ਅਤੇ ਇਹ ਉਹਨੂੰ ਜਾਣਦਾ ਸੀ, ਮੈਂ ਮਤਲਬ ਕਿ ਸਿਰਫ ਸੁਰਜੀਤ ਨੂੰ ਹੀ ਜਾਣਦਾ ਸੀ, ਉਹਨੇ ਮੈਨੂੰ ਪ੍ਰੋਗਰਾਮ 'ਤੇ ਸੱਦਿਆ ਸੀ। ਫਿਰ ਬਾਅਦ ਸਰ ਇਹਨੇ ਪ੍ਰੋਗਰਾਮ ਵਿੱਚ ਮਤਲਬ ਕਿ ਇੱਕ ਤਾਂ ਪ੍ਰੋਗਰਾਮ ਨਾਲ ਲਾਇਆ, ਉਹਦੇ ਵਿੱਚ ਜੋ ਵੀ ਇਹਨੇ ਮੇਰੇ ਪਿੱਕ ਜੀ ਮਤਲਬ ਸਾਰੀ ਵਾਇਰਲ ਕੀਤੀਆਂ ਨੇ ਇਹਨੇ ਸੰਧੂਰ ਵਾਲੀਆਂ ਜਾਂ ਦੂਜੀਆਂ ਸੰਧੂਰ ਜੋ ਸਰ ਤੁਹਾਨੂੰ ਪਤਾ ਅਸੀਂ ਮੇਕਅਪ ਮਤਲਬ ਕਰਦੇ ਸੀ ਤਾਂ ਹਾਸੇ ਹੱਸ ਜਾਣੇ ਮੇਰੇ ਕੋਲ ਸੰਧੂਰ ਪਵਾ ਲਿਆ ਅਤੇ ਇਹਨੇ ਮੀਡੀਆ ਦੇ ਵਿੱਚ ਸਾਹਮਣੇ ਕਿਹਾ ਹੈ ਕਿ ਮੇਰੀ ਇਹਦੇ ਨਾਲ ਸ਼ਾਦੀ ਹੋਈ ਆ। ਪਰ ਮਤਲਬ ਮੈਂ ਇਹਦੇ ਘਰ ਜਾਣਾ ਚਾਹੁੰਦੀ ਸੀ, ਮਤਲਬ ਕਹਿੰਦਾ ਵੀ ਇੱਦਾਂ ਤੂੰ ਪਹਿਲਾਂ ਆਪਣਾ ਜੈਂਟਰ ਚੇਂਜ ਕਰਾ, ਉਹਨਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਤੂੰ ਮੁੰਡਾ ਹੈ। ਪਿੰਡ 'ਚ ਵੀ ਇਹਨੇ ਇਹੋ ਧਮਾਇਆ ਹੋਇਆ 3 ਸਾਲ ਤੋਂ ਕਿ ਮੈਂ ਕੁੜੀ ਰੱਖੀ ਹੋਈ, ਕੁੜੀ ਨਾਲ ਵਿਆਹ ਕਰਵਾਇਆ। ਹੁਣ ਜਦੋਂ ਮਤਲਬ ਕਿ ਮੈਂ ਕਦਮ ਚੁੱਕ ਲਿਆ, ਜਦੋਂ ਮੈਂ ਪਿੰਡ ਕੋਲ ਹੈਲਪ ਮੰਗੀ, ਹੁਣ ਪਿੰਡ ਵਾਲਿਆਂ ਨੂੰ ਕਹਿੰਦਾ ਵੀ ਇਹਦਾ ਫੋਨ ਨਾ ਚੁੱਕੋ, ਇਹ ਤਾਂ ਇੱਕ ਮੁੰਡਾ ਸੀ। ਮੈਂ ਕੋਈ ਇਹਨੂੰ ਪਿੰਡ 'ਚ ਨਹੀਂ ਰੱਖਿਆ, ਮੇਰੇ ਪਿੰਡ 'ਚ ਜਾ ਕੇ ਇਨਕੁਆਇਰੀ ਵੀ ਕਰ ਸਕਦੇ ਜੇ। ਅਤੇ ਇਹਨੇ ਮੀਡੀਆ ਦੇ ਵਿੱਚ ਸਾਹਮਣੇ ਕਿਹਾ ਹੈ ਕਿ ਮੇਰੀ ਇਹਦੇ ਨਾਲ ਸ਼ਾਦੀ ਹੋਈ ਆ। ਮੈਂ ਸਾਰਿਆਂ ਨੂੰ ਇਹੋ ਕਹਿਣਾ ਚਾਹੁੰਦਾ ਵੀ ਜਿਹਦੀ ਸ਼ਾਦੀ ਹੋਈ ਆ ਆਪਣਾ ਪਰੂਫ ਮੈਨੂੰ ਵਿਖਾਵੇ, ਅਤੇ ਜਿਹੜਾ ਇਹਨੇ ਮੇਰੇ 'ਤੇ ਇਲਜ਼ਾਮ ਲਾਇਆ ਵਾ ਵੀ ਮੇਰਾ ਇਹਨੇ ਲਿੰਕ ਚੇਂਜ ਕਰਾਇਆ, ਅਤੇ ਮਤਲਬ ਕਿ ਸਰ ਉਹ ਵੀ ਆਪਣਾ ਪਰੂਫ ਲਿਆਵੇ ਅਤੇ ਮੇਰੇ 'ਤੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ। ਯਾਨੀ ਕਿ ਪਹਿਲਾਂ ਤੁਹਾਨੂੰ ਇਹਦੇ ਕਹਿਣ ਦੇ ਉੱਤੇ ਤੁਸੀਂ ਅਗਾਂਹ ਕਦਮ ਵਧਾਇਆ ਅਤੇ ਤੁਸੀਂ ਜੈਂਡਰ ਚੇਂਜ ਕਰਵਾਇਆ, ਤਾਂ ਉਸ ਤੋਂ ਬਾਅਦ ਤੁਹਾਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ਇਹਨੇ? ਹਾਂਜੀ ਸਰ, ਮਤਲਬ ਰੱਖਣ ਤੋਂ ਇਨਕਾਰ ਕਰਤਾ, ਕਹਿੰਦਾ ਵੀ ਤੂੰ ਮੈਨੂੰ ਵੰਸ਼ ਨਹੀਂ ਦੇ ਸਕਦੀ। ਬਲੈਕ ਆਪਾਂ ਇਸ ਗੱਲ ਨੂੰ ਤਾਂ ਮੰਨਦੇ ਹਾਂ ਕਿ 2-3 ਸਾਲ 4 ਸਾਲ ਹੋ ਚੁੱਕੇ ਆ ਤੁਹਾਡਾ, ਭਾਵੇਂ ਵਿਆਹ ਹੋਇਆ ਭਾਵੇਂ ਨਹੀਂ। ਸਰ ਝੂਠ ਬੋਲਦਾ, 2-4 ਸਾਲ ਕਿੱਦਾਂ? ਇਹ 2020 ਦੇ ਵਿੱਚ 8ਵੇਂ ਮਹੀਨੇ ਮੈਨੂੰ ਇਹਨੇ ਇੱਥੋਂ ਬਲੈਕਮੇਲ ਕਰਕੇ ਗੱਡੀ 'ਚ ਬਾਹਰ ਖੜਿਆ ਨੇ ਧਿਆਨਪੁਰ, ਅਤੇ ਖੜਿਆ ਇਹਨੇ ਮੈਨੂੰ ਬਾਬਾ ਲਾਲ ਜੀ ਦੇ ਮੰਦਿਰ 'ਤੇ ਮੱਥਾ ਟੇਕ ਕੇ ਕਹਿਣ ਕਹਿ ਕੇ ਅਤੇ ਲੈ ਮੈਨੂੰ ਕਿੰਨਰਾਂ ਦੇ ਘਰ ਗਿਆ। ਇਹਦੇ ਵਿੱਚ ਇਹਦਾ ਕਸੂਰ ਆ, ਮੈਂ ਖੁਦ ਪਰੇਸ਼ਾਨ ਹੋ ਗਿਆ ਵੀ ਮੈਨੂੰ ਇਹ ਕਿੱਥੇ ਲੈ ਆਇਆ। ਬਾਅਦ ਵਿੱਚ ਅਸੀਂ ਮੈਂ ਇਹਨੂੰ ਪਹਿਲਾਂ ਤੁਰਨ ਤੋਂ ਪਹਿਲਾਂ ਕਿਹਾ ਕਿ ਮੈਂ ਕਿਹਾ ਮੈਂ ਨਹੀਂ ਆਉਣਾ। ਇਹਨੇ ਇਹ ਗੱਲ ਕਹੀ ਵੀ ਵੇਖੋ ਮੇਰੇ, ਮੈਂ ਪਹਿਲਾਂ ਵੀ ਇੱਕ ਮੁੰਡਾ ਰੱਖਿਆ ਸੀ ਬਿੱਲਾ ਬਿੱਲਾ, ਇਹਨੇ ਮੇਰੇ ਅੱਖਾਂ 'ਚ ਲੈਂਸ ਪਵਾਏ, ਇਹਨੇ ਲੈਂਸ ਪਵਾ ਕੇ ਆਪਣੇ ਮਤਲਬ ਕਿ ਸਾਰੇ ਪਰਿਵਾਰ ਦੇ ਸਾਹਮਣੇ ਕਰ ਦਿੱਤਾ ਮੈਨੂੰ ਵੀ ਇਹ ਮੈਂ ਕਿ ਬਿੱਲਾ ਵਾਂ। ਤੂੰ ਇਹ ਕਹਿਣਾ, ਇਹਨੇ ਕਹਿਣਾ ਵੀ ਤੂੰ ਮੈਨੂੰ ਕਹਿੰਦਾ ਵੀ ਤੂੰ ਇਹ ਕਹਿਣਾ ਮੈਂ ਬਿੱਲਾ ਵਾਂ। ਇਲਜ਼ਾਮ ਲੱਗਦਾ ਮੇਰੇ 'ਤੇ ਇਹਨੇ ਕੋਈ ਹੋਰ ਮੁੰਡਾ ਰੱਖਿਆ ਹੋਇਆ ਸੀ, ਜੇ ਉਹ ਮੁੰਡਾ ਕੋਈ ਹੈਗਾ ਬਿੱਲੇ ਨਾਲ ਉਹਦਾ ਮਾਂ ਪਿਓ ਆਵੇ ਮੇਰੇ ਸਾਹਮਣੇ, ਮੇਰੀ ਲਾਈਫ 'ਚ ਕੋਈ ਮੁੰਡਾ ਨਹੀਂ ਇਹ ਤੋਂ ਇਲਾਵਾ। ਇਹ ਝੂਠਾ ਇਲਜ਼ਾਮ ਲਾ ਦਿੱਤਾ ਗਿਆ ਮੇਰੇ 'ਤੇ ਅਰਜੁਨ ਵੱਲੋਂ ਕਿ ਕੋਈ ਮੁੰਡਾ ਸੀ ਉਹ ਮਰ ਗਿਆ, ਉਹਦਾ ਕੋਈ ਘਰ ਵਾਲਾ ਕੋਈ ਮਾਂ ਪਿਓ ਹੋਏਗਾ ਸਾਹਮਣੇ ਆ ਕੇ ਮੇਰੇ 'ਤੇ ਕਾਰਵਾਈ ਕਰੇ। ਹਾਂਜੀ, ਇਹਦਾ ਜਿਹੜਾ ਪਰਿਵਾਰ ਆ ਮੈਨੂੰ ਨਹੀਂ ਹੁਣ ਪਤਾ ਵੀ ਇਹਨੇ ਬਿੱਲਾ ਮੁੰਡਾ ਕੋਈ ਰੱਖਿਆ ਸੀ, ਇਹਨੂੰ ਪਤਾ ਜਾਂ ਇਹਦੇ ਪਰਿਵਾਰ ਨੂੰ ਪਤਾ ਹੋਵੇ ਵੀ ਇਹਨੇ ਕਿਹਾ ਵੀ ਤੂੰ ਇਹ ਗੱਲ ਕਹਿਣੀ ਵਾ ਮੈਂ ਬਿੱਲਾ ਵਾਂ, ਠੀਕ ਆ ਜੀ। ਹਾਂਜੀ, ਇਹਨੇ ਮੈਨੂੰ ਬਲੈਕਮੇਲ ਇੱਕ ਇਹ ਕੀਤਾ ਅਤੇ ਮੈਨੂੰ ਇਹਦੇ ਘਰ ਦੇ ਵੀ ਬਿੱਲਾ ਬਿੱਲਾ ਕਹਿ ਕੇ ਪੁਕਾਰਦੇ ਸੀ ਸਾਰੇ ਹੀ। ਜਦੋਂ ਪੁਕਾਰਦੇ ਸੀ ਤਾਂ ਮੈਂ ਵੀ ਖੁਦ ਆਪਣੇ ਆਪ 'ਚ ਸ਼ਰਮ 'ਚ ਮਤਲਬ ਕਹਿੰਦਾ ਵੀ ਕੀ ਹੈ ਦੇ ਕਰਨ ਮੇਰੇ ਨਾਲ ਬਲੈਕਮੇਲ। ਸਰ ਮੈਂ ਉਸ ਦਿਨ ਬਹੁਤ ਮੁਸ਼ਕਿਲ ਇਹਨਾਂ ਕੋਲ ਜਾਨ ਛਡਾ ਕੇ ਆਇਆ। ਤੁਹਾਡੇ 'ਤੇ ਵੀ ਇਲਜ਼ਾਮ ਲਗਾਉਂਦੇ ਪਏ ਨੇ ਕਿ ਤੁਹਾਡਾ ਪਹਿਲਾਂ ਵਿਆਹ ਹੋਇਆ ਸੀ। ਹਾਂਜੀ, ਮੈਂ ਇਹਨੂੰ ਦੱਸਿਆ ਕਿ ਮੇਰਾ ਕੁੜੀ ਦਾ ਵਿਆਹ ਸੀ, ਇਹਨੇ ਫਿਰ ਵੀ ਮੈਨੂੰ ਐਕਸੈਪਟ ਕੀਤਾ। ਇਹਨੂੰ ਪਤਾ ਸੀ ਪਹਿਲਾਂ ਮੈਂ ਮੁੰਡਾ 'ਤੇ ਵਿਆਹ ਸੀ, ਹੁਣ ਮੇਰਾ ਕੁੜੀ ਨਹੀਂ ਹੋਣਾ ਸੀ। ਪਿੰਡ 'ਚ ਵੀ ਇਹਨੇ ਇਹੋ ਧਮਾਇਆ ਹੋਇਆ 3 ਸਾਲ ਤੋਂ ਕਿ ਮੈਂ ਕੁੜੀ ਰੱਖੀ ਹੋਈ, ਕੁੜੀ ਨਾਲ ਵਿਆਹ ਕਰਵਾਇਆ। ਹੁਣ ਜਦੋਂ ਮਤਲਬ ਕਿ ਮੈਂ
कदम चुक लिया जो मैं पिंड को हैल्प मंगी। हूँ पिंड वाले कहता भी यदा फोन ना चुको है तो एक मुंडा सी। नहीं सर मैं कोई इन पिंड च नहीं रखिया, मेरे पिंड जाकर इनकवायरी भी कर सकते जे, तुम जिन्होंने मर्जी पूछ भी सकते जे। एक सर्जरी मेरी होर होनी फिर मैं प्रोपर फी मिल बनना सी। तो मतलब कि यह सर्जरी के एक साल का गैप से परहेज सी, मतलब कि इन्ने मतलब कि एक महीना भी नहीं होया सर्जरी तो मतलब कि फिजिकल रिलेशन बना ले भी आप ट्राई करके वेने जा मतलब कि सर्जरी कामयाब है ज नहीं, जिस दे नाल मेरी सर्जरी भी खराब होगी, जिस मैं हम तुरन फिर भी प्रॉब्लम हो। नहीं सर ये सब झूठ है, देखो सर जे मैं किन्नर वाले भेजता होव मैं भी वह भी मैं पुलिस प्रशासन अगे कहूँगा भी मेरे तो कानूनी कार्रवाई की जाए जे मैं किन्नर डकदा होवगा।